ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਦੋ ਤਿੰਨ ਨੁਕਤੇ ਸਾਂਝੇ ਕਰਨੇ। ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ। ਜਿਹੜਾ ਪੂਸਾ 44 ਦੇ ਬੈਨ ਬਾਰੇ ਗੱਲ ਕਰਨੀ ਹੈ ਤੇ ਦੋ ਚਾਰ ਨੁਕਤੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕੁਝ ਸਾਂਝੀਆਂ ਕਰਨੀਆਂ ਨੇ। ਆਪਣੇ ਵਿਚਾਰ ਸਾਂਝੇ ਕਰਨੇ ਤਾਂ ਤੁਸੀਂ ਆਪ ਦੇ ਵਿਚਾਰ ਕਿਰਪਾ ਕਰਕੇ ਥੱਲੇ ਜਰੂਰ ਸਾਂਝੇ ਕਰਿਓ। ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਆਪਣੀ ਜਿਹੜੇ ਹੈਗਾ ਖੇਤੀ ਦੇ ਵਿੱਚ ਆਪਾਂ ਆਪਦੀ ਕਮਾਈ ਦੇ ਨਾਲ-ਨਾਲ ਕੁਝ ਕ ਆਪਣੇ ਜੇ ਆਪਣੇ ਹੱਕ ਨੇ ਤਾਂ ਆਪਾਂ ਉਹਨੂੰ ਆਪਣੇ ਫਰਜ਼ ਵੀ ਸਮਝਣੇ ਚਾਹੀਦੇ ਆ। ਕਈ ਵਾਰ ਕੀ ਹੁੰਦਾ ਕਿ ਆਪਾਂ ਆਪਦੇ ਹੱਕਾਂ ਦੇ ਪ੍ਰਤੀ ਜਾਗਰੂਕ ਜ਼ਿਆਦਾ ਹੁੰਨੇ ਫਰਜ਼ ਨਹੀਂ ਸਮਝਦੇ। ਬਾਕੀ ਮੇਰੀ ਸਰਵਸਦਾਨਾਂ ਜਾਂ ਪਹਿਲਾਂ ਵੀ ਯੂਨੀਵਰਸਿਟੀ ਕਾਫੀ ਟਾਈਮ ਰਿਸਰਚ ਦੇ ਵਿੱਚ ਬਤਾਇਆ ਤੇ 3 ਸਾਲ ਉਦੋਂ ਬਾਅਦ ਫਿਰ ਖੇਤੀਬਾੜੀ ਵਿਭਾਗ ਦੇ ਵਿੱਚ ਸਰਵਸਦਾਨ ਲਗਭਗ ਲਗਭਗ ਸਾਰੇ ਪੰਜਾਬ ਦੇ ਵੱਖ-ਵੱਖ ਕਈ ਥਾਵਾਂ ਦੇ ਉੱਤੇ ਲਗਭਗ 100 ਤੋਂ ਉੱਤੇ ਪਿੰਡ ਤਾਂ ਮੈਂ ਵਿਜ਼ਿਟ ਕਰ ਲਏ ਹੋਣੇ ਆ ਤੇ ਉਦੋਂ ਬਿਨਾਂ ਵੀ ਜਿਹੜੇ ਫਾਰਮਰ ਜਿਹੜੇ ਪ੍ਰੋਗਰੈਸਿਵ ਫਾਰਮਰ ਹੁੰਦੇ ਜਾਂ ਆਰਗੈਨਿਕ ਖੇਤੀ ਕਰਦੇ ਆ ਕੋਸ਼ਿਸ਼ ਕਰੀਦੀ ਆ ਕਿ ਵੱਧ ਤੋਂ ਵੱਧ ਜਿਹੜੀ ਹੈਗੀ ਫੀਲਡ ਦੇ ਵਿੱਚ ਵਿਚਰਿਆ ਜਾਵੇ ਤੇ ਬੜੀ ਜਿਹੜੀ ਖੁਸ਼ਕਿਸਮਤੀ ਹੈ ਮੇਰੀ ਕਿ ਪੰਜਾਬ ਤੋਂ ਇਲਾਵਾ ਹਰਿਆਣੇ ਦੇ ਰਾਜਸਥਾਨ ਦੇ ਯੂਪੀ ਦੇ ਹੋਰ ਕਿਸਾਨ ਵੀਰ ਵੀ ਨਾਲ ਜੁੜੇ ਹੋਏ ਉਹਨਾਂ ਦੇ ਫੀਡਬੈਕ ਉਹਨਾਂ ਦੇ ਵਿਚਾਰ ਕਮੈਂਟਾਂ ਦੇ ਰੂਪ ਦੇ ਵਿੱਚ ਮਿਲਦੇ ਰਹਿੰਦੇ ਆ। ਸੋ ਜਿਹੜੀ ਪੂਸਾ 44 ਵੈਰਾਈਟੀ ਸੀਗੀ ਤਕਰੀਬਨ 1993-94 ਚ ਰਿਲੀਜ਼ ਹੋਈ ਸੀਗੀ। ਤੇ ਤੁਸੀਂ ਦੇਖੋ ਵੀ ਤਕਰੀਬਨ ਤਕਰੀਬਨ 30 ਕੁ ਸਾਲ ਜਿਹੜੇ ਲਗਭਗ 30 32 ਸਾਲ ਹੋ ਗਏ ਆ ਤੇ ਜੇ ਆਪਾਂ ਗੱਲ ਕਰੀਏ ਇਸ ਦੌਰਾਨ 2008 9 10 ਦੇ ਕਰੀਬ ਤਾਂ ਇਹ ਤਕਰੀਬਨ 80 90% ਏਰੀਏ ਤੇ ਲੱਗਣ ਲੱਗ ਪਈ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਸੰਗਰੂਰ ਦਾ ਏਰੀਆ ਸੀ ਨਾਲ ਲੱਗਦੇ ਹੋਰ ਜ਼ਿਲ੍ਹੇ ਸੀਗੇ ਇੱਧਰ ਇਹ ਝੋਨੇ ਦੀ ਕਾਸ਼ਤ ਹੁੰਦੀ ਸੀ ਜਿਹੜੀ ਫਿਰ ਉਦੋਂ ਬਾਅਦ ਨਰਮਾ ਬੈਲਟ ਦੇ ਵਿੱਚ ਵੀ ਝੋਨਾ ਲੱਗਣ ਲੱਗਿਆ ਫਿਰ ਪੂਸਾ 44 ਹੀ ਡਰਗ ਬਹੁਤ ਜ਼ਿਆਦਾ ਵਧਿਆ ਬੇਸ਼ੱਕ ਇਹਦੇ ਪ੍ਰਤੀ ਜਿਹੜੀ ਹੈਗੀ ਹੈ ਪਿਛਲੇ ਸਾਲਾਂ ਤੋਂ ਬਹੁਤ ਲੰਬੇ ਸਮੇਂ ਤੋਂ ਪੀਏਯੂ ਲੁਧਿਆਣਾ ਵੱਲੋਂ ਜਾਂ ਮਹਿਕਮੇ ਵੱਲੋਂ ਪੂਸਾ 44 ਦੀ ਕਾਸ਼ਤ ਨੂੰ ਕੋਈ ਉਤਸ਼ਾਹਤ ਨਹੀਂ ਕੀਤਾ ਗਿਆ ਪਰ ਕਿਸਾਨ ਵੀਰਾਂ ਨੂੰ ਕੀ ਹੁੰਦਾ ਕਿ ਸਾਡਾ ਕਿਉਂਕਿ ਖੇਤੀ ਦੇ ਵਿੱਚ ਆਪਾਂ ਨੂੰ ਮੁਨਾਫਾ ਵੀ ਚਾਹੀਦਾ ਹੋਲੀ ਸੋਲੀ ਜਿਹੜਾ ਹੈਗਾ ਆਪਾਂ ਜੇ ਉਹਦੀ ਡਿਊਰੇਸ਼ਨ ਜਿਵੇਂ ਕਿਸਾਨ ਵੀਰਾਂ ਨੇ ਪਹਿਲਾਂ ਨੂੰ ਲੰਬੇ ਸਮੇਂ ਕਰਕੇ ਵੱਧ ਝਾੜ ਸੀਗਾ ਝਾੜ ਬਹੁਤ ਜ਼ਿਆਦਾ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਉਹਦਾ ਕੀ ਹੋਇਆ ਕਿ ਉਹ ਆਪਣੇ ਪਾਣੀ ਦੀ ਕੀਮਤ ਦੇ ਉੱਤੇ ਜਾਂ ਆਪਣੇ ਵਾਤਾਵਰਣ ਦੀ ਕੀਮਤ ਉੱਤੇ ਇੰਨਾ ਲੰਬਾ ਸਮਾਂ ਜਿਹੜਾ ਹੈਗਾ ਹੁਣ ਆ ਕੇ ਜਿਹੜਾ ਕਾਫੀ ਪ੍ਰਭਾਵ ਇਹਦਾ ਪਿਆ ਤੇ 3 ਜਾਂ 4 ਤਰੀਕ ਨੂੰ ਜਿਹੜਾ ਹੈਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਬਿਆਨ ਆਇਆ ਪ੍ਰੈਸ ਰਿਲੀਜ਼ ਆਈ ਪੰਜਾਬ ਗਵਰਨਮੈਂਟ ਦੀ ਤੇ ਇਹ ਮੈਨੂੰ ਤਾਂ ਬੜਾ ਤਸੱਲੀ ਵਾਲਾ ਲੱਗਿਆ ਕਿਉਂਕਿ ਕਿਉਂਕਿ ਜਿਹੜਾ ਹੈਗਾ ਪਲੱਸ ਰੀਲੀਜ਼ ਜਾਂ ਬਿਆਨ ਦੇ ਵਿੱਚ ਇਹੀ ਹੈ ਕਿ ਅਗਲੇ ਸਾਲ ਤੋਂ ਜਿਹੜਾ ਇਹ ਬੈਨ ਕੀਤਾ ਜਾਊਗਾ ਉਹਦੀ ਬਾਬਤ ਜਿਹੜੀ ਫਾਰਮਲੀ ਚਿੱਠੀ ਜਾਂ ਨੋਟੀਫਿਕੇਸ਼ਨ ਵਗੈਰਾ ਉਹ ਹੋਊਗੀ ਤਾਂ ਉਸ ਤੋਂ ਪ੍ਰੰਤ ਜਿਹੜਾ ਹੈਗਾ ਬੈਨ ਜਿਹੜਾ ਇਹ ਹੋ ਜਾਊਗਾ ਜਦੋਂ ਵੀ ਰਿਲੀਜ਼ ਕੀਤੀ ਜਾਂਦੀ ਪੰਜਾਬ ਸਰਕਾਰ ਵੱਲੋਂ ਪਰ ਜਦੋਂ ਸਟੇਟ ਹੈੱਡ ਦਾ ਬਿਆਨ ਆ ਤਾਂ ਇਸ ਨੂੰ ਆਪਾਂ ਨੂੰ ਉਧਰਲੇ ਪਾਸੇ ਨੂੰ ਹੀ ਲੈ ਜਾ ਕੇ ਦੇਖਣਾ ਚਾਹੀਦਾ ਕਿ ਇਹ ਲਗਭਗ ਲਗਭਗ ਇਹ ਫੈਸਲਾ ਜਿਹੜਾ ਹੈਗਾ ਹੋ ਚੁੱਕਿਆ ਹੋਊਗਾ ਤੇ ਬਹੁਤ ਸਾਰੇ ਕਿਸਾਨ ਵੀ ਜਦੋਂ ਜਿਵੇਂ ਕਿਸਾਨ ਕੇਮਪਲਾਈ ਦੇ ਫੀਲਡ ਵਿਜ਼ਿਟ ਕਰੀਦੀ ਤੇ ਇਹਦੇ ਬਾਰੇ ਵਿਚਾਰਾਂ ਕਰੀਦੀਆਂ ਲੰਬਾ ਸਮਾਂ ਸੀਗਾ ਵੱਧ ਪਾਣੀ ਲੱਗਦਾ ਸੀ ਵੱਧ ਖਰਚਾ ਹੁੰਦਾ ਸੀ ਦੋ ਸਪਰੇਆਂ ਤਾਂ ਤਿੰਨ ਸਪਰੇਆਂ ਵੀ ਜਿਹੜੀਆਂ ਵੱਧ ਦੂਜੀਆ ਕਿਸਮਤ ਹੋ ਜਾਂਦੀਆਂ ਸੀ ਫਿਰ ਵੱਡੀ ਜਿਹੜੀ ਸਮੱਸਿਆ ਸੀ ਇਹਦੇ ਪ੍ਰਾਲ ਸਾਂਭਣ ਦੀ ਬਹੁਤ ਜ਼ਿਆਦਾ ਪ੍ਰਾਲ ਸੀ ਤੇ ਫਿਰ ਜਿਹੜਾ ਪੂਸਾ 44 ਉਦੋਂ ਬਾਅਦ ਡੋਗਰ ਪੂਸਾ ਪੀਲੀ ਪੂਸਾ ਪਤਾ ਨਹੀਂ ਕੀ ਕੀ ਜਿਹੜੇ ਹੈਗੇ ਨਾਵਾਂ ਦੇ ਉੱਤੇ ਆਪਾਂ ਇਹਨੂੰ ਕਾਸ਼ਤ ਕੀਤੀ ਜਦ ਕਿ ਜਿਹੜੀ ਨੋਟੀਫਾਈਡ ਪੂਸਾ 44 ਕਿਸਮ ਹੀ ਸੀਗੀ ਉਹ ਡੋਗਰ ਪੂਸਾ ਪੀਲੀ ਪੂਸਾ ਪਤਾ ਨਹੀਂ ਕਿੱਥੋਂ ਨਾਮ ਉਹ ਆਏ ਤੇ ਕਿਸਾਨ ਵੀਰਾਂ ਦਾ ਵੀ ਇਹੀ ਵਿਚਾਰ ਹੁੰਦਾ ਸੀ ਕਿਉਂਕਿ ਕਿਸਾਨ ਵੀਰ ਬੜੇ ਸੂਝਵਾਨ ਬੜੇ ਸਮਝਦਾਰ ਤੇ ਪਿਛਲੇ ਬਹੁਤ ਸਾਲਾਂ ਤੋਂ ਮੈਂ ਕਈ ਸਾਡੇ ਕਿਸਾਨ ਭਰਾਵਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਪੂਸਾ 44 ਆਪਣੇ ਆਪ ਹੀ ਛੱਡਤੀ ਸੀ ਤੇ ਕਾਫੀ ਕਿਸਾਨ ਵੀਰਾਂ ਦੇ ਵਿਚਾਰ ਹੁੰਦੇ ਸੀ ਕਿ ਸਰਕਾਰ ਨੂੰ ਇਹ ਬੈਂਚ ਚਾਹੀਦਾ ਪਰ ਉੱਥੇ ਕਈ ਵਾਰ ਮੇਰਾ ਵੀ ਕਿਉਂਕਿ ਆਪਾਂ ਜਦੋਂ ਵਿਚਾਰ ਕਰਦੇ ਤਾਂ ਫਿਰ ਆਪਾਂ ਨੂੰ ਵਿਚਾਰ ਜਿਹੜੇ ਖੁੱਲ ਕੇ ਪ੍ਰਗਟ ਹੋਣੇ ਚਾਹੀਦੇ ਤਾਂ ਮੇਰਾ ਇਹ ਸਵਾਲ ਹੁੰਦਾ ਸੀ ਕਿ ਆਪਾਂ ਬੈਨ ਵਰਗੀਆਂ ਚੀਜ਼ਾਂ ਕਿਉਂ ਪਾਲਦੇ ਆਪਾਂ ਆਪਣੇ ਆਪ ਕਿਉਂ ਨਹੀਂ ਛੱਡ ਸਕਦੇ ਕਿਉਂਕਿ ਆਪਣੇ ਵਾਸੀ ਆ ਕਿ ਆਪਾਂ ਕਿਹੜੀ ਕਿਸਮ ਲਾਉਣੀ ਹੈ ਚੰਗੇ ਝਾੜ ਵਾਲੀਆਂ ਕਿਸਮਾਂ ਜਿਵੇਂ ਪਿਛਲੇ ਸਾਲਾਂ ਚ ਪੀਆਰ ਕਿਸਮਾਂ ਦੇ ਵਿੱਚ ਜਿਵੇਂ ਪੀਆਰ 126 4-5 ਸਾਲ ਤੋਂ ਤਾਂ ਇਹ ਜਿਹੜੀ ਵੈਰੈਟੀ ਲੱਗਦੀ ਰਹੀ ਤੇ ਹੌਲੀ-ਹੌਲੀ ਨਿਖਰ ਕੇ ਸਾਹਮਣੇ ਆਈ ਪੀਆਰ 131 ਆ ਗਈ ਤੇ ਹੋ ਸਕਦਾ ਆਈਸੀਆਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪੀਆਰ ਜਿਹੜੀ 201 ਸੀਗੀ ਪੀਏਯੂ ਲੁਧਿਆਣਾ ਵੱਲੋਂ ਕੱਢੀ ਗਈ ਉਹਦੇ ਵਿੱਚ ਥੋੜੀ ਜਿਹੀ ਸਮੱਸਿਆ ਆ ਗਈ ਚੌਲ ਦੇ ਵਿੱਚ ਤੇ ਉਦੋਂ ਤੇ ਕੰਮ ਹੋ ਰਿਹਾ ਆ आईसीआर ਦੇ ਵਿੱਚ ਹੋ ਸਕਦਾ ਕਿ ਕੋਈ ਘੱਟ ਸਮੇਂ ਵਾਲੀ ਪੂਸਾ 44 ਦੇ ਜਿੰਨਾ ਝਾੜ ਵਾਲੀ ਜਾਂ ਪੀਆਰ 126 ਦੇ ਜਿੰਨੇ ਝਾੜ ਵਾਲੀ ਨਵੀਂ ਕਿਸਮ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਮਿਲ ਜਾਵੇ ਘੱਟ ਸਮੇਂ ਵਾਲੀ ਕਿਸਮ ਹੋਊਦੀ ਪ੍ਰਾਲੀ ਵੀ ਘੱਟਾ ਖਰਚਾ ਵੀ ਘੱਟਾ ਪਾਣੀ ਵੀ ਘੱਟ ਤੇ ਬੜੇ ਆਰਾਮ ਦੇ ਨਾਲ ਆਪਾਂ ਹੈਪੀ ਸੀਡਰ ਨਾਲ ਮਲਚਿੰਗ ਨਾਲ ਸੁਪਰ ਸੀਡਰ ਨਾਲ ਸਮਾਰਟ ਸੀਡਰ ਜੋ ਵੀ ਤੁਸੀਂ ਤਰੀਕਾ ਵਰਤਣਾ ਚਾਹੋ ਹੈਪੀ ਸੀਡਰ ਬਾਰੇ ਤਾਂ ਇੰਨੀ ਤਸੱਲੀ ਸੀ ਕਿ ਪਹਿਲੇ ਸਾਲ ਤੋਂ ਜਦੋਂ ਅਸੀਂ ਜਿਹੜੀ ਇਹਦੀ ਬਜਾਈ ਕਰਵਾਈ ਕਣਕ ਦੀ ਤਾਂ ਬਹੁਤ ਵਧੀਆ ਦੀ ਇੰਨੇ ਵਧੀਆ ਇਹਦੇ ਨਤੀਜੇ ਸੀਗੇ ਤਾਂ ਮੇਰਾ ਖਿਆਲ ਮੈਨੂੰ ਪੱਕਾ ਤਾਂ ਯਾਦ ਹੈ ਨਹੀਂ ਹੋ ਸਕਦਾ 2015 ਦੇ ਨੇੜੇ ਤੇੜ ਦੀ ਗੱਲ ਹੋਵੇ ਕਿ ਹੈਪੀ ਸੀਡਰ ਜਦੋਂ ਚੱਲਿਆ ਚੱਲਿਆ ਹੈਗਾ ਉਦੋਂ ਪਹਿਲਾਂ ਵੀ ਹੈਪੀ ਸੀਡਰ ਸੀ ਉਦੋਂ ਬਾਅਦ ਉਹ ਚ ਸੋਧ ਹੋਈ ਪ੍ਰੈਸ ਵੀਲ ਵਾਲਾ ਹੈਪੀ ਸੀਡਰ ਬਣਿਆ ਤੇ ਉਹ ਥੱਲੇ ਨੱਪਦਾ ਜਾਂਦਾ ਪਰਾਲ ਨੂੰ ਮਗਰਬ ਦੀ ਮਗਰ ਸਿਆੜਾਂ ਦੇ ਵਿੱਚ ਜਿਹੜਾ ਕਣਕ ਬੀਜਦੇ ਅਸੀਂ ਤੇ ਇੰਨੀ ਸੋਹਣੀ ਕਣਕ ਹਰੀ ਹੁੰਦੀ ਸੀ ਪਲੱਸ ਵੱਡੀ ਸਮੱਸਿਆ ਗੁੱਲੀ ਡੰਡੇ ਦੀ ਨਾਲ ਹੱਲ ਕਰਦਾ ਸੀ ਜ਼ਮੀਨ ਦੇ ਉੱਤੇ ਰਹਿ ਕੇ ਜਿਹੜੀ ਪਰਾਲੀ ਆ ਉਹ ਹੌਲੀ 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 ਜ਼ਮੀਨ 'ਚ ਮਿਕਸ ਹੁੰਦੀ ਜਾਂਦੀ ਸੀ ਖਾਦ ਬਣਦੀ ਜਾਂਦੀ ਸੀਗੀ ਜ਼ਮੀਨ 'ਚ ਲੰਬਾ ਸਮਾਂ ਸੈੱਲ ਬਣੀ ਰਹਿੰਦੀ ਸੀ ਜ਼ਮੀਨ 'ਚ ਥੱਲੇ ਸੂਖਮ ਜੀਵਾ ਦੀ ਮਲਟੀਪਲੀਕੇਸ਼ਨ ਜ਼ਿਆਦਾ ਹੁੰਦੀ ਸੀ ਇਸੇ ਤਰ੍ਹਾਂ ਜਿਵੇਂ ਆ ਮਲਚਿੰਗ ਟੈਕਨੀਕ ਦੇ ਨਾਲ ਤੁਸੀਂ ਬੀਜਦੇ ਆ ਏ ਵੀ ਉਸੇ ਤਰ੍ਹਾਂ ਕਿ ਪ੍ਰਾਲੀ ਉੱਪਰ ਰਹਿ ਕੇ ਗਲਦੀ ਹੈ ਬਾਕੀ ਆਪਣੇ ਆਪਣੇ ਢੰਗ ਤਰੀਕੇ ਹੁੰਦੇ ਆ ਪਰ ਹੈਪੀ ਸੀਡਰ ਤਾਂ ਇੰਨੀ ਵਧੀਆ ਤਕਨੀਕ ਸੀ ਪਤਾ ਨਹੀਂ ਕਿਸਾਨ ਵੀਰੇ ਨੂੰ ਕਿਉਂ ਛੱਡ ਗਏ ਪਰ ਜਿਹੜੇ ਬੀਜ ਦੇ ਆ ਜਿਨ੍ਹਾਂ ਦੇ ਫਿੱਟ ਬਹਿ ਗਏ ਜਾਂ ਜਿਨ੍ਹਾਂ ਨੂੰ ਟੈਕਨੀਕ ਆ ਗਈ ਆਪਾਂ ਇਹ ਕਹਿ ਸਕਦੇ ਫਿੱਟ ਤਾਂ ਇਹ ਸਾਰਿਆਂ ਦੀ ਬੈਠ ਸਕਦਾ ਸੀਗਾ ਪਰ ਜਿਨ੍ਹਾਂ ਨੇ ਇਹ ਟੈਕਨੀਕ ਆ ਗਈ ਤਰੀਕੇ ਨਾਲ ਇਕੱਲਾ-ਕੱਲਾ ਜ਼ਿੰਮੇਦਾਰ ਹੀ ਸਾਡੇ ਭਰਾ ਜਿਹੜੇ ਬੀਜ ਦਿੰਦੇ ਆ ਕੱਲਾ-ਕੱਲਾ ਬੰਦਾ ਜਿਹੜਾ ਕਣਕ ਬੜੇ ਆਰਾਮ ਨਾਲ ਦਿਹਾੜੀ ਦੇ ਵਿੱਚ ਕਈ-ਕਈ ਕਿੱਲੇ ਉਹ ਬੀਜ ਦਿੰਦੇ ਆ ਤੇ ਬੜੀ ਵਧੀਆ ਕਣਕ ਬਹੁਤ ਵਧੀਆ ਝਾੜ ਵਾਲੀ ਗੁੱਲੀ ਡੰਡੇ ਵਾਲਾ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਹਰੇ ਹੀ ਨਹੀਂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਸੁਪਰ ਸੀਡਰ ਜਾਂ ਹੋਰ ਮਸ਼ੀਨਾਂ ਆਈਆਂ ਪਰ ਕਹਿਣ ਦਾ ਮਤਲਬ ਇਹ ਕਿ ਘੱਟ ਸਮੇਂ ਵਾਲੀਆਂ ਕਿਸਮਾਂ ਹੋਣਗੀਆਂ ਪੀਆਰ 126 ਹੋਊ 31 ਹੋਊ 28 ਆ 29 30 21 14 ਜਾਂ ਹੋਰ ਕਿਸਮਾਂ ਵੀ ਹੈ ਬਾਸਮਤੀ ਦੀਆਂ ਕਿਸਮਾਂ ਇਹਨਾਂ ਦੀ ਪ੍ਰਾਲੀ ਬੜੇ ਵਧੀਆ ਤਰੀਕੇ ਦੇ ਨਾਲ ਥੋੜੀ ਪ੍ਰਾਲੀ ਹੋਊ ਸੰਭੀ ਜਾਊ ਸਮਾਂ ਗੈਪ ਵੀ ਬਚੂਗਾ ਕੇ ਦਾ ਜਿਹੜਾ ਝੋਨਾ ਵੱਢਣ ਤੋਂ ਬਾਅਦ ਕਣਕ ਬੀਜਣ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ ਸਮਾਂ ਉਹ ਪਰਾਲੀ ਸਾਂਭਣ ਦਾ ਖੇਤ ਨੂੰ ਜਿਹੜਾ ਹੈਗਾ ਜੇ ਤੁਸੀਂ ਬਣਾ ਕੇ ਬੀਜਣਾ ਪਰਾਲੀ ਵਿੱਚ ਮਿਕਸ ਕਰਕੇ ਬੀਜਣਾ ਉਹਦੇ ਵਾਸਤੇ ਸਮਾਂ ਹੋ ਖਾਸ ਕਰਕੇ ਜਿਵੇਂ ਆਲੂ ਵਾਲੇ ਕਿਸਾਨ ਵੀਰ ਹੈ ਉਹਨਾਂ ਵਾਸਤੇ ਵੀ ਵਧੀਆ ਸਮਾਂ ਬਚੂ ਪਰਾਲੀ ਕਹਿਣ ਦਾ ਮਤਲਬ ਪਰਾਲੀ ਦੀ ਮਾਤਰਾ ਵੀ ਘੱਟ ਹੋ ਸਾਰੀ ਆਪਾਂ ਜ਼ਮੀਨ ਦੇ ਵਿੱਚ ਪਾਵਾਂਗੇ ਤਾਂ ਉਹ ਇਕੋ ਫ੍ਰੈਂਡਲੀ ਜਿਹੜਾ ਵਾਤਾਵਰਨ ਆ ਉਹ ਜ਼ਮੀਨ ਦੇ ਵਿੱਚ ਬਣਦਾ ਜਾਂ ਬਣੂਗਾ ਜਦੋਂ ਆਉਣ ਵਾਲੇ ਸਮੇਂ 'ਚ ਸਾਰੇ ਕਿਸਾਨ ਵੀ ਇਸੇ ਤਰ੍ਹਾਂ ਕਰਨਗੇ ਤੇ ਜ਼ਮੀਨਾਂ ਦੀ ਸਿਹਤ 'ਚ ਵੀ ਸੁਧਾਰ ਹੋਊਗਾ ਖਾਸ ਤੌਰ ਤੇ ਖਰਚਾ ਬਚੂ ਕਿਸਾਨ ਵੀਰਾਂ ਦਾ ਵੱਡੀ ਗੱਲ ਆ ਇਹ ਕਿਉਂਕਿ ਇਹ ਆਪਾਂ ਨੂੰ ਮਜਬੂਰਨ ਲਾਉਣੀ ਪੈਂਦੀ ਸੀ ਕਿਸਮ ਕੇ ਇਹਦਾ ਝਾੜ ਵੱਧਦਾ ਤਾਂ ਫਿਰ ਆਪਾਂ ਉਹਨੂੰ ਛੱਡਣ ਨੂੰ ਵੀ ਦਿਲ ਨਹੀਂ ਕਰਦਾ ਕਿ ਇਹਦਾ ਝਾੜ ਵੱਧਦਾ ਪਰ ਉਹ ਖਰਚਾ ਵੀ ਵੱਧ ਲੈ ਜਾਂਦੀ ਸੀ ਖੇਚਲ ਵੀ ਵੱਧ ਲੈ ਜਾਂਦੀ ਸੀ ਪਾਣੀ ਵੀ ਵੱਧ ਲੈ ਜਾਂਦੀ ਸੀਗੀ ਤੇ ਪਰਾਲੀ ਉਹਦੀ ਜ਼ਿਆਦਾ ਜ਼ਿਆਦਾ ਹੁੰਦੀ ਜਿਹਨੂੰ ਸਮ ਸਮਰਜ ਸਮੱਸਿਆ ਹੁੰਦੀ ਸੀ ਸੋ ਇਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਸਪਸ਼ਟ ਕਰੂ ਇਹਦੇ ਬੈਣ ਬਾਰੇ ਪਰ ਇਹ ਫੈਸਲਾ ਵਧੀਆ ਹੈ ਕਿ ਲੰਬੇ ਸਮਿਆਂ ਵਾਲੀਆਂ ਕਿਸਮਾਂ ਪੂਸਾ 44 ਜਾਂ ਇਹਦੇ ਨਾਲ ਰਲਦੀਆਂ ਮਿਲਦੀਆਂ ਕਿਸਮਾਂ ਉਹ ਸਾਰੀਆਂ ਹੀ ਬੈਨ ਹੋ ਜਾਣ ਤਾਂ ਆਪਣੇ ਵਾਸਤੇ ਵੀ ਵਧੀਆ ਖਰਚਾ ਆਖੇ ਚਿਲਪਾਣੀ ਦੀ ਬਚਤ ਪ੍ਰਾਲੀ ਸਾਹਮਣੀ ਸੌਖੀ ਤੇ ਆਪਾਂ ਜਿਹੜਾ ਘੱਟ ਸਮਿਆਂ ਵਾਲੀਆਂ ਕਿਸਮਾਂ ਨਾਲ ਬਹੁਤ ਵਧੀਆ ਜਿਹੜਾ ਝਾੜ ਵੀ ਲਵਾਂਗੇ ਤੇ ਵਾਤਾਵਰਨ ਦੀ ਸੰਭਾਲ ਚ ਆਪਣਾ ਹਿੱਸਾ ਪਾ ਸਕਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਹੋਰ